ਕਿੱਥੋਂ ਆਇਆ? ਅੰਮ੍ਰਿਤਸਰ ਤੋਂ ਆਇਆ ਚੰਡੀਗੜ੍ਹ। ਅਲਾ ਪੁੱਛਿਆ ਹੈ ਬੱਚਿਆ? ਹਾਂਜੀ, ਪਹਿਲੇ ਆਇਆ ਸੀ ਮੈਂ, ਤਾਂ ਮੇਰੀ ਵਾਈਫ ਆਈ ਸੀ ਅੰਦਰ ਵੀ ਖੋਲ ਲਈ ਆਏ ਨੇ ਸਨ ਦੱਸ। ਆ ਬੱਚਿਆ ਸਨਕ, ਹਾਂਜੀ ਬੱਚੀ ਸੀ ਤੇ ਮੈਂ ਜਨਾ ਮਾਪਾ ਨੂੰ ਦਰਸ਼ਨ ਕਰਨੇ ਸੀ, ਅੱਜ ਹੋ ਗਈ ਸਾਡੇ। ਇਹ ਸਨਕ ਚਲਾਣ ਬਾਅਦ ਕਿੰਨਾ ਫਰਕ ਹੈ ਬੱਚਿਆ? ਫਰਕ ਮੈਨੂੰ ਵਿਸ਼ਵਾਸ ਨਹੀਂ ਸੀ ਬੇਟਾ ਜੀ, ਮੈਂ ਸੱਚੇ ਮਨ ਤੋਂ ਦੱਸ ਰਿਹਾ ਹਾਂ। ਮੈਂ ਰਸਤੇ ਦੇ ਨਾਲ ਆਇਆ ਸੀ ਪਹਿਲਾਂ ਹੀ, ਉਸ ਤੋਂ ਬਾਅਦ 4 ਸਾਲ ਹੋ ਗਏ ਜੀ, 5 ਸਾਲ ਹੋਏ, 10 ਹੋਏ। ਉਸ ਤੋਂ ਬਾਅਦ ਇੱਕਦਮ ਇਹ ਤੁਹਾਡਾ ਕ੍ਰਿਸ਼ਨ ਉਹਨਾਂ ਮਾਤਾ ਦਾ ਮੰਨੋ ਕਿ ਮੇਰਾ ਘਰ ਵੀ ਹੈ, ਮੇਰੇ ਨਾਮ ਜ਼ਮੀਨ ਵੀ ਹੈ, ਸਭ ਕੁਛ ਹੈ ਜੀ। 4 ਸਾਲ ਵਿੱਚ ਮੇਰਾ ਕੁਛ ਨਹੀਂ ਹੋ ਰਿਹਾ ਸੀਗਾ, ਮੇਰੀ ਭਜਾਈ ਹੈ ਵੱਡੀ ਜੀ, ਉਹਨੇ ਪਤਾ ਨਹੀਂ ਕੀ ਕੀਤਾ ਵਾ ਕੀ ਨਹੀਂ ਕੀਤਾ ਵਾ। ਮੈਂ ਸੱਚੇ ਮਨ ਨਾਲ ਇੱਕ ਵਾਰ ਆਇਆ ਜੀ, ਹੁਣ ਮੇਰਾ ਕੋਟ ਖੁੱਲ ਗਿਆ, ਹੁਣ ਮੇਰੇ 10 ਤਰੀਕ ਪੈ ਗਈ ਸੀ ਮੇਰਾ ਬੇੜੇ। ਜੈ ਮਾਂ ਭਦਰਕਾਲੀ ਕੀ, ਬੋਲ ਸੱਚੇ ਦਰਬਾਰ ਕੀ। ਜੈ ਗੁਰੂ ਅੰਜਲੀ ਮਾਤਾ ਕੀ, ਬੋਲ ਸੱਚੇ ਦਰਬਾਰ ਕੀ। ਜੈ ਤੇ ਹੋਰ ਦੱਸ ਮੈਂ ਕੀ ਕਰਾਂ ਤੇਰੇ ਲਈ, ਕੀ ਮੰਗਣ ਆਇਆ? ਜਿਹੜਾ ਮੰਗਣ ਆਇਆ ਉਹ ਮੁਰਾਦਾ ਤੇਰੀ ਝੋਲੀ ਤੇ ਪਾਵਾਂਗੀ। ਮੇਰੀ ਦੁਕਾਨ ਨਹੀਂ ਸਸਮੇ ਦੀ, ਮੈਂ ਤੁਹਾਨੂੰ ਜਿੰਨੀ ਸਸਮੇ ਲੈ ਆਇਆ ਪਤਾ, ਜੋ ਕੋਈ ਮੇਰੇ ਲਾਇਕ ਸੇਵਾ ਹੋਏ ਮੈਂ ਦੱਸੋ। ਮੇਰੇ ਚਸ਼ਮੇ ਦਾ ਕੰਮ ਚੱਲਦਾ ਰਿਹਾ, ਮੇਰਾ ਘਰ ਪਰਿਵਾਰ, ਮੇਰੀ ਬੱਚੀ ਹੈ ਜੀ, ਮੇਰੇ ਪੇਰੈਂਟਸ ਆਏ ਨੇ। ਅਸੀਂ ਇੱਕ ਕਮਰੇ ਚ ਰਹਿੰਦੇ, ਸਾਰੇ ਕੰਮ ਹੋ ਜਾਏਗੇ। ਇਹ ਮੇਰੇ ਗੋਦ ਤੇ ਬੈਠੇ ਰਹੇ ਬੱਚਿਓ, ਤੇਰੇ ਦੁਸ਼ਮਣਾਂ ਦੀ ਮੈਂ ਖਾਲ ਖਿੱਚ ਕੇ ਆਪਣੇ ਖੱਪਰ ਤੇ ਭਰ ਲਿਆ। ਇਹ ਭਦਰਕਾਲੀ ਦਾ ਵਚਨ ਹੈ। ਦਰਬਾਰ ਤੇ ਤੇਰੇ ਲਈ ਜਿਹੜਾ ਤੇਰੇ ਤੇ ਬੁਰਾ ਤੱਕੇਗਾ ਉਹ ਪੁੱਠੇ ਮੂੰਹ ਪੜੇਗਾ। ਕੁੱਲੜ ਮੈਂ ਕਿਆ ਰੱਖਾ ਹੈ? ਕੁੱਲੜ ਜੋ ਮਿੱਟੀ ਦਾ ਹੁੰਦਾ ਹੈ, ਮਿੱਟੀ ਕਾ ਹੁੰਦਾ ਹੈ, ਛੋਟੀ ਜਿਹੀ ਮਿੱਟੀ ਦੀ ਗੜ ਵੀ ਹੁੰਦੀ ਹੈ ਨਾ। ਤੇਰੇ ਮੱਥੇ ਤੇ ਚੰਦਰਮਾ ਹੈ ਬੱਚਿਆ, ਤੂੰ ਕਿਸਮਤ ਵਾਲਾ ਹੈ, ਇਹ ਤਾਂ ਦੁਸ਼ਮਣਾਂ ਨੂੰ ਤੇਰੀ ਕਿਸਮਤ ਖੋਲ ਦਿੱਤੀ। ਤੇਰੇ ਮੱਥੇ ਤੇ ਚੰਦਰਮਾ ਹੈ, ਤੇਰੀ ਝੋਲੀਆ ਲੈ ਬੱਚਿਆ, ਇਹ ਲੈ ਬੱਚਿਆ ਤੇਰੀ ਤੇ। ਕਾਲੀ ਕਾ ਬੋਲ ਸੱਚੇ ਦਰਬਾਰ ਕੀ ਜੈ।